संगरूर दे दिड़वा विखे मेन बाजार विच अद्धी दर्जन दे करीब दुकानां ते चोरी दी वारदात कीती गई, जिस नूं लैके पूरे शहर विच डर दा माहौल बन गया। उधर दुकानदारां दा कहना है कि एक घटना पुलिस दी अणगहली कारण हुई है अते पुलिस नूं रात वेले गश्त वधाउणी चाहीदी है अते उन्होंने मांग कीती है कि उन्होंने नुकसान की भरपाई की जाए। उधर जांच अधिकारी का कहना है कि मामले की जांच जारी है। वीर जी, साड़ी जिहड़ी पंजाब पुलिस है, गिड़वे दा एस एच ओ है, बहुत ढिल है, उन्हां दी कारगुजारी है बहुत वधिया नहीं हैगी। वो कोई एक्शन नहीं लैंदे। जदों सवेरे चोरियां होण ते मैनूं प्रीति चंद जी ने बुलाया ते डॉक्टर केवल जी ने मैनूं बुलाया, कहिंदे अपने जिंदे टुट गए पंज छे दुकानां ते। मैं मौका देखण आया, मैं मौके ते एस एच ओ नूं फोन कीता, अद्धा पौणा घंटा मेरा फोन नहीं चुक्किया। ਵੀ ਜਿਹੜੀ ਸਾਡੀ ਪੰਜਾਬ ਪੁਲਿਸ ਦਿੜਬਾ ਦੀ ਕਾਰਗੁਜ਼ਾਰੀ ਹੈ ਬਹੁਤ ਢਿੱਲੀ ਹੈ। ਅਸੀਂ ਡਿਪਟੀ ਸਾਹਿਬ ਨੂੰ ਮੈਂ ਫੋਨ 'ਤੇ ਦੱਸਿਆ, ਡਿਪਟੀ ਸਾਹਿਬ ਐਸ ਐਚ ਓ ਢਿੱਲਾ ਹੈ ਅਤੇ ਰਾਤ ਦੀ ਗਸ਼ਤ ਵਧਾਈ ਜਾਵੇ। ਰਾਤ ਨੂੰ ਇੱਥੇ ਮਾੜਾ ਮੋਟਾ ਲੋਕਾਂ ਦੇ ਵਿੱਚ ਸਰਗਰਮੀਆਂ ਦਿਖਾਈਆਂ ਨੇ ਪੰਜਾਬ ਪੁਲਿਸ ਨੂੰ, ਤਾਂ ਕਿ ਜਿਹੜੀ ਇਹ ਚੋਰੀਆਂ ਰਾਤ ਪੰਜ ਛੇ ਜਿੰਦੇ ਟੁੱਟੇ ਨੇ ਇਹ ਜਿੰਦੇ ਇਹ ਚੋਰੀਆਂ ਕੱਢੀਆਂ ਜਾਣ। ਅਸੀਂ ਡਿਪਟੀ ਸਾਹਿਬ ਦੇ ਧਿਆਨ 'ਚ ਮੌਕੇ 'ਤੇ ਆ ਕੇ ਡਿਪਟੀ ਸਾਹਿਬ ਨੇ ਇਕੱਲੀ ਇਕੱਲੀ ਦੁਕਾਨ 'ਤੇ ਜਿੱਥੇ ਜਿੱਥੇ ਜਿੰਦੇ ਟੁੱਟੇ ਸੀ ਮੌਕਾ ਦੇਖਿਆ। ਅਸੀਂ ਇਹੀ ਪ੍ਰਸ਼ਾਸਨ ਤੋਂ ਵੱਡੇ ਸਾਹਿਬ ਐਸ ਐਸ ਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਗਿੜਵੇ ਦਾ ਐਸ ਐਚ ਥੋੜ੍ਹਾ ਜਿਹਾ ਉਹਨੂੰ ਐਕਟਿਵ ਕੀਤਾ ਜਾਵੇ। ਸਰ, ਅਸੀਂ ਦੁਕਾਨ ਦਾ ਜਿੰਦਾ ਖੋਲ੍ਹਿਆ ਤਾਂ ਦੋਵੇਂ ਪਿਛਲਾ ਗੱਲਾਂ ਵੀ ਅਤੇ ਮੂਲਾ ਗੱਲਾਂ ਵੀ ਟੁੱਟਿਆ ਪਿਆ ਸੀਗਾ ਅਤੇ ਗੱਲੇ 'ਚ ਲਗਭਗ 9,200 ਰੁਪਈਆ ਸੀਗਾ। ਅਸੀਂ ਭਾਣ ਵਗੈਰਾ ਸੀ, ਭਾਣ ਵਗੈਰਾ ਛੱਡ ਗਏ ਜੀ, ਉਹ ਪੈਸੇ ਚੁੱਕ ਕੇ ਲੈ ਗਏ ਅਤੇ ਇੱਕ ਸਾਢੇ 4 ਸਬਮਰਸੀਬਲ ਦੇ ਪੈਨਲ ਪਏ ਸੀਗੇ ਜੀ ਅਤੇ ਉਹ ਚੱਕ ਕੇ ਲੈ ਗਏ। ਟੂਟੀ ਬੰਬ ਤੋਂ ਵੀ ਉਹ ਚੱਕ ਕੇ ਲੈ ਗਏ ਜੀ ਅਤੇ 7-8 ਟੂਟੀਆਂ ਨੇ ਜੀ, 2-4 ਪੈਸੇ ਨੇ ਗਏ ਜੀ, ਉਹ ਚੱਕ ਕੇ ਲੈ ਗਏ ਜੀ। ਮੰਦਭਾਗਾ ਹਾਲ ਹੋਇਆ ਜੀ। ਕਿੰਨੇ ਰੁਪਏ ਦਾ ਨੁਕਸਾਨ ਹੈ ਜੀ? ਸਾਰਾ 25-26,000 ਨੁਕਸਾਨ ਹੈ। ਕਿੰਨੀਆਂ ਦੁਕਾਨਾਂ 'ਤੇ ਚੋਰੀ ਹੋਈ ਹੈ ਜੀ? ਲਗਭਗ 4-5 ਦੁਕਾਨਾਂ 'ਤੇ ਹੋਈ ਹੈ ਜੀ। ਜਦੋਂ ਮੈਨੂੰ ਪਤਾ ਲੱਗਿਆ ਜੀ ਵੀ ਹੋਰ ਦੁਕਾਨਾਂ 'ਤੇ ਗਈ ਜੀ, ਮੋਨਾਂ 'ਤੇ ਵੀ ਗਿਆ ਜੀ, ਉਹਨਾਂ ਦਾ ਵੀ ਨੁਕਸਾਨ ਹੋਇਆ। ਇੱਕ ਦੁਕਾਨਦਾਰ ਬਲਦੇਵ ਰਾਜਾ ਜੀ, ਉਹ ਐਕਸਪਾਇਰ ਹੋ ਗਿਆ ਜੀ। ਉਹਨਾਂ ਦੇ ਜਦੋਂ ਡੈਡੀ ਦੇ ਮੁੰਡੇ ਨੇ ਦੁਕਾਨ ਖੋਲ੍ਹੀ 8 ਵਜੇ ਆ ਕੇ 9 ਵਜੇ ਜੀ, ਉਹਦਾ ਲੈਪਟੋਪ ਦੇਖਿਆ ਗਿਆ ਜੀ, ਆਹ 4 ਦੁਕਾਨਾਂ ਚੋਰੀ ਹੋਈ। ਇਹਦੇ ਬਾਰੇ ਅਸੀਂ ਮੌਕਾ ਦੇਖ ਲਿਆ ਜੀ। ਠੀਕ ਹੈ, ਇਹਦੀ ਜਿਹੜੀ ਹੈਗੀ ਛਾਨਬੀਨ ਚੱਲ ਰਹੀ ਹੈ, ਸਾਡੀ ਤਫਤੀਸ਼ ਚੱਲ ਰਹੀ ਹੈ ਅਤੇ ਜੇ ਤਫਤੀਸ਼ 'ਚ ਜਿਵੇਂ ਵੀ ਅੱਗੇ ਆਊਗਾ ਚੋਰਾਂ ਨੂੰ ਫੜਾਂਗੇ। ਇਨਫੋਰਸਮੈਂਟ ਦੀ ਮੈਂ ਅਜੇ ਕੱਲ੍ਹ ਹੀ ਇੱਥੇ ਆਇਆ, ਠੀਕ ਹੈ ਜੀ, ਅਜੇ ਮੇਰੀ ਲੇਟੈਸਟ ਪੋਸਟਿੰਗ ਹੈ, ਜੁਆਇਨ ਕੀਤਾ। ਮੈਂ ਸਾਰਾ ਏਰੀਆ ਸਟੱਡੀ ਕਰੂੰਗਾ, ਜਿੰਨੀਆਂ ਵੀ ਆਪਣੀਆਂ ਵਪਾਰ ਮੰਡਲ ਐਸੋਸੀਏਸ਼ਨ ਨੇ ਇਹਨਾਂ ਨਾਲ ਵੀ ਗੱਲ ਕਰਕੇ ਜਿੱਥੇ ਜੋ ਰਿਕੁਆਇਰਮੈਂਟ ਹੈ, ਜਿੱਥੇ ਜੋ ਜੋ ਇਹਨਾਂ ਨੂੰ ਲੱਗਦਾ ਕਮੀਆਂ ਪੇਸ਼ੀਆਂ ਨੇ, ਉਹ ਅਸੀਂ ਨਾਲ ਹਾਂ ਇਹਨਾਂ ਦੇ।